जी चंड चंड अखंड खंडे कर कोप कोप पही सुरक्षण को समुहाई। चंड अखंड खंडे कर कोप पही सुरक्षण को समुहाई, पही सुरक्षण को समुहाई। हुण उन्हूं ये पता है भी जिहड़े सुर ने देवते ने वह आप भी देवता ही है, वह देवता है इस वक्त राजा हुण देवता है, उन्होंने ये पता है भी इस हालत दे विच चंड जन्ना चर आउंदी नहीं है, चंडी प्रगट नहीं हुंदी अंदरों, ये जन्म नहीं इहदा टुटना हुण देव दा। चंड अखंड खंडे खर कर कोप रक्षण को समुहाई, ये जिहड़ी कथा उन्हें सुनी हुई है भी देवत्या की रक्षा करती है चंडी प्रगट होके, ये जद गल उन्हें सुनी सुनी तो पहला भी हुई सी, हुण चाहुंदा है भी ये जिहड़ी कथा है किवें उह करती है, इहदा मतलब है आ चंडी नूं नहीं उह मंनदा, ਉਹ ਕਥਾ ਸੁਣਨੀ ਚਾਹੁੰਦਾ ਚੰਡੀ ਪ੍ਰਗਟ ਕਿਵੇਂ ਹੁੰਦੀ ਹੈ। ਕਹਿੰਦੇ ਨੇ ਚੰਡੀ ਕਥਾ ਸੁਣਦੇ ਸੁਣਦੇ ਆਪਣੇ ਅੰਦਰ ਪ੍ਰਗਟ ਹੋ ਜਾਂਦੀ ਹੈ, ਜਿਹੜਾ ਇਹਦੀ ਕਥਾ ਸੁਣਦਾ ਉਹਦੇ ਅੰਦਰ ਪ੍ਰਗਟ ਹੋ ਜਾਂਦੀ ਹੈ। ਕੋਈ ਇਹਨੂੰ ਹਰਕੀ ਕਥਾ, ਗੁਰਬਾਣੀ ਜੀ ਨੂੰ ਹਰਕੀ ਕਥਾ ਕਿਹਾ ਹੋਇਆ, ਸਭ ਤੋਂ ਉੱਤਮ ਹਰਕੀ ਕਥਾ ਕਿਹਾ ਹੋਇਆ ਨਾ, ਅਤੇ ਕਿਤੇ ਅਕੱਥ ਕਥਾ ਕਿਹਾ ਹੋਇਆ, ਅਕੱਥ ਕਥਾ ਤਾਂ ਨਹੀਂ ਜਾਣੀ, ਇਹ ਵੀ ਉਹੀ ਕਥਾ। ਉੱਥੇ ਉਹ ਕਿਹਾ ਹੋਇਆ ਜਿਹੜਾ ਸੁਖਦੇਵ ਹੈ ਅਮਰ ਕਥਾ ਸੁਣੀ, ਉੱਥੇ ਅਮਰਨਾਥ ਅਮਰ ਕਥਾ ਵੀ ਇਹੀ ਹੈ, ਜਿਹੜਾ ਸੁਣ ਲੈਂਦਾ ਉਹ ਅਮਰ ਹੋ ਜਾਂਦਾ, ਇਹਦੇ ਕਈ ਨਾਂ ਨੇ। ਇੱਥੇ ਚੰਡੀ ਦੇ ਪ੍ਰਗਟ ਹੋਣ ਦੀ ਕਥਾ, ਕਿਵੇਂ ਪ੍ਰਗਟ ਹੁੰਦੀ ਹੈ, ਕਥਾ ਸੁਣਦੇ ਸੁਣਦੇ ਤਾਂ ਚੰਡੀ ਪ੍ਰਗਟ ਹੋ ਜਾਂਦੀ ਹੈ, ਗੁਰਬਾਣੀ ਨੂੰ ਸਮਝਦੇ ਸਮਝਦੇ ਤਾਂ ਹੀ ਅੰਦਰ ਚਾਲਣ ਹੋ ਜਾਂਦਾ, ਚੰਡੀ ਪ੍ਰਗਟ ਹੋ ਜਾਂਦੀ ਹੈ। ਇਹ ਗੁਰਬਾਣੀ ਹਰਕੀ ਕਥਾ ਹੀ ਹੈ, ਇਹ ਚੰਡਗਾ ਦੇ ਪ੍ਰਗਟ ਹੋਣ ਦੀ ਕਥਾ ਹੀ ਹੈ। ਜੇ ਆਹ ਪੜ੍ਹ ਲਵੇ ਸਮਝ ਲਏ ਤਾਂ ਵੀ ਪ੍ਰਗਟ ਹੋ ਜਾਂਦੀ ਹੈ, ਉਹ ਪੜ੍ਹ ਲਵੇ ਤਾਂ ਵੀ ਪ੍ਰਗਟ ਹੋ ਜਾਂਦੀ ਹੈ, ਆਹ ਪੜ੍ਹ ਲਵੇ ਸਮਝ ਲਵੇ ਤਾਂ ਵੀ ਪ੍ਰਗਟ, ਅਸਲ ਦੇ ਵਿੱਚ ਉਹ ਸਮਝੇ ਬਿਨਾਂ ਦੀ ਸਮਝੇ ਨਹੀਂ ਹੋਣੀ, ਉਹ ਸਮਝੇ ਬਿਨਾਂ ਤੇ ਇਹਦੀ ਸਮਝ ਆਉਣੀ ਹੋਣੀ ਨਾ ਹੈ, ਫਿਰ ਤਾਂ ਇਹਦੀ ਉਲਟ ਸਮਝ ਆਊਗੀ। ਇਹ ਆ ਜੇ ਸਮਝ ਵੀ ਉਲਟ ਆਊਗੀ ਤਾਂ ਗਾਹਾਂ ਜਾ ਕੇ ਜੰਗ ਹੋਣੀ ਆ ਪਤਾ ਹੀ ਲੱਗਣਾ, ਜਾਂ ਜੰਗ ਹੋਣੀ ਆ ਨਾ ਐਂ ਲੱਗਣਾ ਵੀ ਆਦਮੀ ਲੜਦੇ ਨੇ, ਉਹਨੂੰ ਨਹੀਂ ਪਤਾ ਲੱਗਣਾ ਵੀ ਕੀ ਗੱਲ ਹੈ ਇਹ, ਉਹਦਾ ਸਾਨੂੰ ਨਹੀਂ ਪਤਾ ਲੱਗਦਾ ਕਈ ਗੱਲਾਂ ਦਾ ਪਿੱਛੇ ਕੀ ਹੈ, ਇੰਨਾ ਹੀ ਗਾਹਾਂ ਨੰਗੀਆਂ ਗੱਲਾਂ ਕਿ ਪਤਾ ਹੀ ਨਹੀਂ ਲੱਗਦਾ ਕਈ ਗੱਲਾਂ ਦਾ। ਭਈ ਸੁਰ ਰੱਖਣ ਕੋ ਸਮੁਖਾਈ, ਸੁਰ ਦੇਵਤਿਆਂ ਦੀ ਰੱਖਿਆ ਵਾਸਤੇ ਪ੍ਰਗਟ ਹੁੰਦੀ ਹੈ, ਦੇਵਤਿਆਂ ਦੀ ਰੱਖਿਆ ਕਰਨ ਵਾਸਤੇ ਕਿਵੇਂ ਪ੍ਰਗਟ ਹੁੰਦੀ ਹੈ। ਆਹ ਜਿਹੜਾ ਰਾਕਸ਼ਾਂ ਦਾ ਪਾਇਆ ਹੈ ਨਾ ਭੇੜ, ਇਹ ਵੀ ਰਾਕਸ਼ ਨੇ, ਅਸਲ ਦੇ ਵਿੱਚ ਜਿਹੜੇ ਦੇਵਤੇ ਆਪਣੇ ਆਪ ਨੂੰ ਕਹਿੰਦੇ ਨੇ, ਇੱਥੇ ਹੁਣ ਦਸਮ ਪਾਤਸ਼ਾਹ ਨੂੰ ਦੇਵਤੇ ਨਹੀਂ ਮੰਨ ਰਹੇ, ਜਿਹਨਾਂ ਨੇ ਪੱਥਰ ਦੀ ਚੱਡੀ ਬਣਾਈ ਹੋਈ ਉਹ ਰਾਕਸ਼ਸ ਨੇ, ਦੇਵਤੇ ਨਹੀਂ ਹਨ ਉਹ, ਉਹਨਾਂ ਨੇ ਤਾਂ ਆਦਮੀਆਂ ਦੇ ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾਤੇ ਵੀ ਰਾਮ ਦਾ ਨਾਮ ਨਹੀਂ ਸੁਣ ਦੇਣਾ, ਤੁਸੀਂ ਉਹਨਾਂ ਨੂੰ ਦੇਵਤੇ ਕਹਿੰਦੇ ਹੋ, ਦੇਵਤੇ ਕਿੱਥੇ ਨੇ ਉਹ। ਜੇ ਕੋਈ ਵਰਲਡ ਵਿੱਚ ਸਭ ਤੋਂ ਕਰੂਅਲ ਆ ਰਾਕਸ਼ਸ ਆਦਮੀ ਹੋਇਆ ਤਾਂ ਉਹ ਲੋਕ ਹੋਏ ਨੇ ਜਿਹਨਾਂ ਨੇ ਸਿੱਕੇ ਢਾਲ ਕੇ ਕੰਨਾਂ 'ਚ ਪਾਏ ਨੇ, ਜਿਹਨਾਂ ਨੇ ਆਦਮੀ 'ਤੇ ਬੈਨ ਲਾਇਆ ਵੀ ਇਹਨੂੰ ਨਾਮ ਨਹੀਂ ਸੁਣ ਦੇਣਾ, ਇਹਨੂੰ ਧਾਰਮਿਕ ਬਣ ਨਹੀਂ ਦੇਣਾ, ਉਦੋਂ ਵੱਡਾ ਅਪਰਾਧੀ ਕੋਈ ਵਰਲਡ 'ਚ ਨਹੀਂ ਹੈ। ਜੇ ਹੈ ਕਿਹਾ ਹੋਇਆ, ਜੇ ਇਹ ਹੁੰਦਾ ਰਿਹਾ, ਇਹ ਗੱਲ ਸੱਚ ਹੈ ਵੀ ਇੱਦਾਂ ਹੁੰਦਾ ਰਿਹਾ ਤਾਂ ਉਹ ਲੋਕਾਂ ਨੂੰ ਵੱਡਾ ਅਪਰਾਧੀ ਔਰ ਵੱਡਾ ਕੋਈ ਕਰੂਅਲ ਔਰ ਰਾਕਸ਼ਸ ਕੋਈ ਨਹੀਂ। ਇਸ਼ਾਰਾ ਉੱਧਰ ਨੂੰ ਹੈ, ਇੱਥੇ ਉੱਧਰ ਨੂੰ ਇਸ਼ਾਰਾ ਹੈ, ਉਹ ਰਾਕਸ਼ਸ ਨਹੀਂ ਮਾੜੇ ਹਨ, ਉਹ ਰਾਕਸ਼ਸ ਤਾਂ ਕਹਿੰਦਾ ਸਾਨੂੰ ਦੱਸੋ ਤਾਂ ਸਹੀ ਕੀ ਹੈ ਸੱਚ, ਉਹ ਸੱਚ ਕਹਿੰਦੇ ਨੇ ਸਾਨੂੰ ਦੱਸੋ, ਇਹ ਝੂਠ ਮੰਨੀ ਬੈਠੇ ਨੇ ਵੀ ਆਹ ਸੱਚ ਹੈ, ਝੂਠ ਨੂੰ ਇੱਕ ਆਦਮੀ ਦਾ ਝੂਠ ਨੂੰ ਸੱਚ ਬਣਾਈ ਬੈਠਾ, ਉਹ ਝੂਠ ਵਾਲੇ ਸੱਚ ਨੂੰ ਤਾਂ ਨਹੀਂ ਮੰਨਦਾ, ਉਹ ਰਾਕਸ਼ਸ ਅਸਲੀ ਸੱਚ ਨੂੰ ਮੰਨ ਲਓ ਕੋਈ ਦੱਸੋ ਤਾਂ ਸਹੀ। ਰਾਕਸ਼ਸਾਂ ਨੂੰ ਮਾੜੇ ਨਹੀਂ ਕਿਹਾ, ਇਹ ਨਵੇਂ ਰਾਕਸ਼ਸ ਨੇ, ਅਸਲ ਦੇ ਵਿੱਚ ਇਹੀ ਰਾਕਸ਼ਸ ਨੇ। ਰਾਕਸ਼ਸ ਕੀ ਹੁੰਦਾ, ਜਿਹੜਾ ਜਮ ਹੈ, ਜਮ ਦਾ ਏਜੰਟ ਹੁੰਦਾ ਰਾਕਸ਼ਸ,
कौन है? तीने उजाड़े का बंद पढ़त ना आवे जिया का है, क्यों मेरा आशीष कौन है? जेड़े जमदे जाल च लोगों फसा रहे ने ना, जिन्हों तीनों उजाड़े का बंद के है, आद गुरु ग्रंथ साहब के सारे धार्मिक बंदे राक्षस बने गए ने, जेड़ा ना मनन वाला उसकी तो गल ही नहीं की। काजी झूठ बोल के खांदा है, वो कोई गल नहीं, वो झूठ बोल के जे खांदा है खांदा ना, पर पंडित नहावे जिया का है, जिया नु तो नहीं कहता काजी, जिया कौन दी गल है? जेड़ा जिया नु कहता है काजी कूड़ बोलता मल खांदा, वड्डा अपराधी नहीं है। वड्डा अपराधी वो है जेड़ा नहावे जिया का है, कहते इनान कर लो पाप उतर जाएंगे, जिन्हें मर्जी पाप कर लो पाप करने की छूट देती, वो अपराधी है। काजी ने यह कह रहा भी अपराध करोगे छूट हो जूगी, कित नहीं है उन्होंने, उन्होंने ता ही तीर्थ नहीं है उन्होंने नहाने वाली जगह कित नहीं है, जिन्होंने तीर्थ बनाए ने ना उन्होंने है गल, उन्होंने घर चे भी यही है, मुसलमानों की नहीं है गल हैगी। उजाड़े कवन तक है तेना खेती उजाड़ रहे ने, किसी की माड़ी मोटी जो जप तप किया भी उजाड़ देंगे ने, ये तो गल है, पर जिया काए वाली जी गल है अपराध है, वह राक्षस ये अपराध है। मैं कहा जे कोई सब तो बड़ा अपराधी है, सब तो बुरा राक्षस बड़ा है, तो वह है जिन्हें आदमियों के कन्ना सिक्के ढाल के पाए ने भी इन्होंने नाम सुन लिया या सुन गए, बैन ला दिता भी तुम धर्म के नेड़े नहीं आ सकते, उदो बड़ा अपराधी कोई नहीं हो सकता अज तक हिस्ट्री च कित नहीं, जे गल सच है लिखी हुई, जे गल झूठ है तो जाल देना ग्रंथा जाल देना जिथे लिखा है, उदो बड़ा अपराधी कोई नहीं हो सकता। उन्होंने दीवार एक पत्थर की दीवार आदमी और परमेश्वर के बिच खड़ी करती, इन्होंने लोगों को असी जान नहीं देना, उधर ये तो अपराध है। वह कमत कमत जोड़ा राक्षस है अपने आप ही नहीं मनता भी मैं नहीं मनता रब, दुए नू तो नहीं कहता कुछ, दुए ना तो कुछ नहीं कहता, मैं नहीं मनता ना मन भाई, वह कहना दुए जो सुन लैन गए करना इन्हों के बंद कर दो हमेशा वास्ते, अपराधी कौन होया? सच यह है अपराधी वो ने जेड़े अपने आप नूं देवते कहते सी, तां ही देवते नहीं मन रहे इत्थे, समझ लगी गल दी, वो नहीं देवते मन रहे। हाँ जी, बुझो जायत ने तुम साध अगाध कथा के भांत सुनाई, किसे ऋषि नूं जाके पुछया किसे साध कोल गया डेरे ते, भाई आ जड़ी चंडी है एदी कथा मैनू सुना तू, बुझो जाए तने तो कहना भाई ये तो कैसे हो चंगे जेड़ा साध होवे, मैं ता जो साध हैगा नहीं, मैं नहीं साध, साध जिदन मेरा मन साजू उदन होगा मैं साध, किसे साध तो पूछ जाके अगाध कथा कह पांत सुनाई, ये अगाध कथा है, देखो अगाध कथा कह पांत सुनाई, अगाध कथा वो होती है जेड़ी मनुखी बुद्धि तो परे होवे संसार जी दा जिक्र ना होवे, इस